हाँ जी, सत श्रीकाल जी सारे ना। वधिया फार्म यूट्यूब चैनल से तुहाडा स्वागत है जी। किसान वीरो, अज दे जिहड़े आपां वीडियो बना रहे हैं, पिंड सुधार, तहसील बाबा बकाला साहब ते जिला अमृतसर, पहली बार इस घर दे विच तुहानूं वीडियो विखाउणी है। ते वीर जी उन्होंने जिहड़ा नवां काम शुरू कीता व्यापार दा, ते अज तुहानूं तीन गावां दिखाउणियां, ते तिन्ने तुहानूं नॉर्मल जे रेट 'च तुहानूं दिखाउणियां, ते एक आ साहीवाल गां वी तुहानूं जिहड़ी आ नॉर्मल जे रेट 'च तुहानूं दिखाउणी है, जिन्हां दे विच्चों दो सूईआं एक गां जिहड़ी गब्बन है। गलबात हुण आपां वीर नाल कर लैणे ते पुछदे हां सारी डिटेल। हाँ जी वीर जी, सत श्रीकाल जी। होर सुनाओ, की हाल चाल जी? ठीक ठाक भाई, चढ़िया। तुसीं सुनाओ भाई? सब ठीक ठाक जी। ते वीर जी नाम दस दे करी अपना। वीर जी नाम मेरा ज्ञान सिंह। हाँ जी। पिंड सुधार राजपूता, ते तहसील बाबकाल साहब, ते जिला अमृतसर सर। ठीक है। ते इत्थे मेहता चौंक किन्ना पै जांदा जी? मेहता भाई आपां नूं हो कोई तकरीबन 13-14 किलोमीटर हैगा भाई। 13-14 किलोमीटर। ते बाबकाला साहब किन्ना जी? बाबकाला भाई 6 किलोमीटर आपां नूं। हाँ जी। ਤੇ ਆਪਾਂ ਨੂੰ ਰਈਆ ਵੀ 6 ਕਿਲੋਮੀਟਰ ਪੈਂਦਾ। ਠੀਕ ਹੈ। ਜੇ ਕਿ ਇਹਨੇ ਅੰਮ੍ਰਿਤਸਰ ਲਾਉਣਾ ਹੋਵੇ ਤੇ ਖਲਚੀਆਂ ਆਪਾਂ ਨੂੰ 6 ਕਿਲੋਮੀਟਰ ਪੈਂਦਾ। ਖਲਚੀਆਂ ਵੀ 6 ਕਿਲੋਮੀਟਰ ਵਿਚਕਾਰ ਜਿਹੜਾ ਜੀ, ਵਿਚਕਾਰ ਜੇ ਸਾਰੇ ਅੱਡੇ ਲੱਗ ਜਾਂਦੇ ਆ। ਠੀਕ ਹੈ। ਤੇ ਫੋਨ ਨੰਬਰ ਬੋਲ ਦੇ ਕਰੀ ਭਾਈ। ਫੋਨ ਨੰਬਰ 9862। ਹਾਂਜੀ। 84269। ਠੀਕ ਹੈ। ਤੇ ਕਿੰਨਾ ਕੁ ਚਿਰ ਹੋ ਗਿਆ ਵੀਰ ਜੀ ਆਪਾਂ ਨੂੰ ਕੰਮ ਕਰਦੇ ਆ? ਭਾਈ ਬਹੁਤਾ ਚੇਂਜ ਨਹੀਂ, ਸ਼ੌਂਕ ਨਾਲ ਮੈਂ ਮਸਾਂ ਮਹੀਨਾ ਨਹੀਂ ਹੋਇਆ ਭਾਈ। ਅੱਛਾ, ਮਹੀਨਾ ਕੀ ਹੋਇਆ ਜੇ ਕੰਮ ਸ਼ੁਰੂ ਕੀਤੇ ਨੇ? ਠੀਕ ਹੈ। ਤੇ ਜੇ ਇੱਕ ਸਾਲ ਦੇ ਕੁਛ ਕੀ ਡੰਗਰ ਵੇਚੇ ਹੋਣੇ ਅਜੇ ਵਿੱਚ? ਕੁਛ ਅੱਜ ਥੋੜ੍ਹੀ ਬੜੀ ਵੇਚੀ ਆ ਵੀ ਆਪਾਂ ਲਿਆਂਦੀ ਆ ਕਿਸੇ ਘਰੋਂ। ਅੱਛਾ। ਉਹ ਵੀ ਲਿਆਂਦੀ ਆ ਆਪਣੇ ਘਰ ਦੀ ਭਾਈ ਗਈ ਆ। ਅੱਛਾ, ਇੱਕ ਘਰ ਦੀ ਆ ਤੇ ਦੋ ਜਿਹੜੀਆਂ ਵਿੱਚ ਲਿਆਂਦੀਆਂ? ਠੀਕ ਹੈ। ਚਲੋ ਸ਼ੁਰੂਆਤ ਫਿਰ ਆਪਾਂ ਸਭ ਤੋਂ ਪਹਿਲਾਂ ਜਿਹੜੀ ਆ ਪਹਿਲੇ ਨੰਬਰ 'ਤੇ ਜਿਹੜੀ ਸਾਹੀਵਾਲ ਗਾਂ ਆ ਇਹਦੇ ਤੋਂ ਹੀ ਆਪਾਂ ਕਰਨੀ ਆ। ਆਹ ਦੇਖ ਸਕਦੇ ਜੀ, ਬਿਲਕੁਲ ਸੀਲ ਠੰਡੀ ਭਾਈ। ਅੱਛਾ, ਠੰਡੀ ਸੀਲ ਆ। ਇਹ ਤਰ੍ਹਾਂ ਬਹਿਣ ਦਿੰਦੀ ਜੀ? ਬੱਚੇ ਦਾ ਭਾਈ ਤਾਂ ਵੈਸੇ ਨਾ ਉਹਦਾ ਜ਼ਿਆਦਾ ਕਰਦੀ ਆ। ਅੱਛਾ। ਅੱਛਾ, ਇਸ ਤਰ੍ਹਾਂ ਕਰੀ ਬਹਿ ਕੇ ਵਿਖਾ ਦਿਓ। ਆਹ ਦੇਖ ਸਕਦੇ ਜੀ, ਭਾਵੇਂ ਇਸ ਤਰ੍ਹਾਂ ਹੀ ਥੱਲੇ ਬਹਿ ਜਾਓ, ਕੋਈ ਗੱਲ ਨਹੀਂ ਹੈ। ਠੀਕ ਹੈ। ਅਤੇ ਸੂਆ ਕਿੰਨਵਾਂ ਜੀ ਵੀਰ ਜੀ ਇਹਦਾ? ਭਾਈ ਸੂਆ ਇਹਦਾ ਦੂਜਾ ਵਾ। ਅੱਛਾ ਜੀ। ਆਹ ਨਿੱਕੇ ਨਿੱਕੇ ਸਿੰਘ ਭਾਜੀ ਦਾ ਹੈਗੇ ਇਹਦੇ? ਹਾਂਜੀ ਹਾਂਜੀ। ਅਤੇ ਮਗਰ ਇਹਦੇ ਵੱਛਾ ਜੀ, ਸੂਈ ਨੂੰ ਕੋਈ ਭਾਜੀ ਜੀ 10-11 ਦਿਨ ਹੋ ਗਏ ਹੁਣ ਸੂਈ ਨੂੰ। ਅੱਛਾ, 10-11 ਦਿਨ ਹੋ ਗਏ। ਦੁੱਧ ਆਪਾਂ ਵੱਛੇ ਨੂੰ ਛੱਡ ਕੇ ਭਾਈ 8 ਲੀਟਰ ਦਾ ਦੁੱਧ ਚੋਣਦੇ ਆ ਇਹਦੇ। ਅੱਛਾ। ਵੱਛੇ ਨੂੰ ਛੱਡ ਕੇ ਨਾ ਇੱਕ ਥਾਂ 8 ਲੀਟਰ ਚੋਈਦਾ ਭਾਈ। ਅੱਛਾ, 10 ਕਿਲੋ ਦਾ ਹੈਗਾ ਭਾਜੀ ਥੱਲੇ। ਅੱਛਾ, 10 ਕਿਲੋ ਹੈਗਾ ਦੁੱਧ ਭਾਜੀ? ਮੇਰੇ ਤੇ ਆਉਣ ਲਈ ਵਧੂ ਕੇ ਦੁੱਧ ਆਏ ਆ। ਕਿੰਨਾ ਕਰ ਜੂਗੀ ਭਾਈ? 12-13 ਲੀਟਰ ਤਾਂ ਕਰਨਾ ਚਾਹੀਦਾ। ਅੱਛਾ, ਕਰ ਜੂ ਇੰਨਾ 12-13? ਕਰੂਗੀ ਭਾਜੀ, ਕਿਵੇਂ ਕਰ। ਠੀਕ ਹੈ। ਕਿਉਂਕਿ ਪਹਿਲੇ ਸੂਏ ਇਹਨੇ ਦਿੱਤਾ ਆਪਾਂ ਨਾਨਕੇ ਕੋਲ ਲਿਆਦੀ ਭਾਜੀ ਗਾਈਆਂ ਦੀ। ਅੱਛਾ। ਤੇ 11-12 ਲੀਟਰ ਦਿੱਤਾ ਪਹਿਲੇ ਸੂਏ? ਪਹਿਲੇ ਸੂਏ 11-12 ਲੀਟਰ ਦਿੱਤਾ ਵਾ। ਠੀਕ ਹੈ ਜੀ, ਖੋਲੋ ਫਿਰ ਤੋਰੀ ਇੱਕ ਰਿਨ। ਆਹ ਦੇਖ ਸਕਦੇ ਜੀ, ਉਂਝ ਠੰਡੀ ਧੀਰੀ ਆ ਸਾਹੀਵਾਲ ਜਿਹੜੀ ਆ। ਦੁੱਧ ਮੌਕੇ 'ਤੇ ਜਿਹੜਾ ਵਾ ਬੱਚੇ ਨੂੰ ਜਿਹੜਾ ਚੰਗਾ ਕੇ ਕਹਿੰਦੇ 8 ਲੀਟਰ ਜਿਹੜਾ ਚਾਹੀਦਾ ਉਹ ਤਰ੍ਹਾਂ। ਆਹ ਦੇਖ ਸਕਦੇ ਬੱਚੇ ਦਾ ਜਿਹੜਾ ਕਾਫੀ ਕਰਦੀ। ਠੀਕ ਹੈ ਵੀਰ ਜੀ, ਲੈ ਜਿਓ ਜੀ। ਉਂਝ ਵੀ ਜਿਹੜੀ ਸਾਹੀਵਾਲ ਗਾਵਾਂ ਦਾ ਠੰਡੇ ਧੀਰੇ ਹੋਣ ਦਾ ਜਿਹੜਾ ਬੜਾ ਵਾਧਾ ਹੋ ਜਾਂਦਾ ਵਾ। ਬਾਕੀ ਪਿੱਛੇ ਦਾ ਹਾਨਾ ਜਿਹੜਾ ਦੇਖ ਸਕਦੇ ਜੀ, ਅਤੇ ਲਾਗੇ ਦਾ ਥਾਣੇ ਵੀਰੇ ਤੁਹਾਨੂੰ ਦਿਖਾ ਦਿੰਦੇ ਇੱਕ। ਬੱਚੇ ਦਾ ਬਹੁਤ ਜ਼ਿਆਦਾ ਕਰਦੀ। ਠੀਕ ਹੈ ਜੀ। ਆਹ ਦੇਖ ਸਕਦੇ ਥਾਣਾ ਦਾ ਸਾਈਜ਼ ਵੀ ਮਿਲ ਕੇ ਮੈਨੂੰ ਵੀ ਚੰਗੀ ਲੱਗੀ ਹੈ। ਅਤੇ ਉਂਝ ਵੀ ਸਾਹੀਵਾਲ ਵਾਲੀਆਂ ਨਿਸ਼ਾਨੀਆਂ ਜੇ ਆਪਾਂ ਦੇਖੀਏ ਤਾਂ ਚੰਗੀਆਂ ਵਿੱਚ ਸਾਰੀਆਂ, ਧੁੰਨ ਵੀ ਆ, ਝਾਲਰ ਵੀ ਚੰਗੀ ਆ, ਅਤੇ ਸਾਰੀਆਂ ਆਪਾਂ ਨਿਸ਼ਾਨੀਆਂ ਜਿਹੜੀਆਂ ਸਾਹੀਵਾਲ ਵਾਲੀਆਂ ਦੇਖ ਸਕਦੇ ਹਾਂ। ਬਾਕੀ ਕੋਈ ਵੀਰ ਇੱਥੇ ਆ ਕੇ ਆਪਣੀ ਸਮਝ ਦੇ ਹਿਸਾਬ ਨਾਲ ਵੇਖ ਚਾਹ ਕੇ ਖੜੇ, ਕੀ ਫਿਰ ਮੁੱਲ ਵੀਰ ਜੀ ਇਹਦਾ ਜਾਇਜ਼? ਮੁੱਲ ਆਪਾਂ ਜਾਇਜ਼ ਹੀ ਕਰਨੇ। ਕਿੰਨਾ ਕੁ? ਕਿਉਂਕਿ ਆਪਾਂ ਨੂੰ ਜਾਇਜ਼ ਮਿਲਿਆ ਆਪਾਂ ਜਾਇਜ਼ ਹੀ ਕਰਨੇ। ਠੀਕ ਹੈ। ਮੁੱਲ ਭਾਅ ਜੀ ਇਹਦਾ 25,000 ਕਰ ਦੇ ਦੇਣੀ ਆਪਾਂ। 23,000? ਅੱਛਾ, 23,000 ਦੀ ਦੇਣੀ ਹੈ। ਉਹ 'ਚ ਮੈਂ ਉਹ ਮਾਸਾ ਮੋਟ ਸਾਹੀਵਾਲ ਵੈਡ ਕੋਈ ਨੋਰਮਲ ਰੇਟ 'ਚ ਹੋਵੇ, ਤੇ ਫੈਟ ਵੀ ਜਿਹੜੀ ਇਹਨਾਂ ਦੀ ਚੰਗੀ ਹੁੰਦੀ, ਤੇ ਦੁੱਧ ਵੀ ਜਿਹੜਾ ਕੁਆਲਿਟੀ ਚੰਗੀ ਹੁੰਦੀ ਹੈ। ਹੁਣ ਜਿਹੜੀ ਤੁਹਾਨੂੰ ਦੂਸਰੇ ਨੰਬਰ 'ਤੇ ਇੱਕ ਹੋਰ ਗਾਂ ਤੁਹਾਨੂੰ ਦਿਖਾਉਣੀ, ਕੱਦ ਕਾਠ ਇਹਦਾ ਠੀਕ ਹੈ, ਤੇ ਬਾਕੀ ਥਾਣਾ ਦਾ ਸਾਈਜ਼ ਵੀ ਦੇਖ ਸਕਦੇ ਜੀ। ਇਹਦਾ ਵੀਰ ਜੀ ਕਿੰਨਵਾਂ ਸੂਆ ਜੀ? ਇਹਦਾ ਭਾਈ ਦੂਜਾ ਸੂਆ ਜੀ। ਅੱਛਾ ਜੀ। ਇਹ ਆਪਣੇ ਘਰ ਦੀ ਆ? ਅੱਛਾ, ਘਰ ਦੀ ਆ। ਤੇ ਪਹਿਲੇ ਸੂਏ ਦੀ ਵੱਛੀ ਇਹਦੀ ਐਰ ਕੀ ਫੇਰ ਇਹਨੇ ਵੱਛੀ ਦਿੱਤੀ ਹੈ। ਅੱਛਾ, ਇਹਨੂੰ ਕਿੰਨਾ ਚਿਰ ਹੋਇਆ ਜੀ ਸੂਈ? ਨਾੜੂ ਦੇ ਨਾਲ ਹੀ ਵੇਖ ਲਿਓ, ਕੋਈ 15 ਦਿਨ ਲੱਗ ਪੈਣੇ ਹੋਈ ਗਿਆ ਭਾਈ। ਅੱਛਾ ਜੀ। ਹਾਂਜੀ, ਤੇਰਾ ਨਾੜੂ ਹਜੇ ਜਿਹੜਾ ਨਾਲ ਹੀ ਆ। ਹਾਂਜੀ, 15 ਦਿਨ ਪਰ ਵੀਰ ਜਾਣੇ ਕਹਿੰਦੇ ਕਿ ਇਹਨਾਂ ਸੂਈ ਨੂੰ ਹੋ ਗਏ ਆ।
ਤੇ ਇਹਦੇ ਕੋ ਮੌਕੇ ਦੇ ਦੁੱਧ ਕਿੰਨਾ ਤਿਆਰ ਜੀ ਜੀ ਮੌਕੇ ਦੇ ਇਸ ਟਾਈਮ ਕੋਈ 14-15 ਲੀਟਰ ਦਾ ਦੁੱਧ ਹੈਗਾ ਬਾਈ ਹੈਗਾ ਹੀ ਨਾ ਪੱਕਾ ਦੁੱਧ ਪੱਕਾ ਪੱਕਾ ਭਾਈ ਚਵਾ ਕੇ ਦੋਗੇ ਦੋ ਟਾਈਮ ਦੋ ਟਾਈਮ ਦੋ ਟਾਈਮ ਚਾਰ ਟਾਈਮ ਜਿੱਦਾਂ ਮਰਜ਼ੀ ਮੇਰਾ ਵੀਰ ਕੋਈ ਆਵੇ ਚਵਾਵੇ ਕੋਈ ਗੱਲ ਨਹੀਂ ਅੱਛਾ ਜੀ ਠੀਕ 15 ਲੀਟਰ ਦੁੱਧ ਪੱਕਾ ਤਿਆਰ ਹੈ ਨਾ ਹੋਵੇ ਤੇ ਆਪਾਂ ਆਉਣ ਜਾਣ ਦਾ ਜਿਹੜੇ ਮੋਟਰਸਾਈਕਲ ਗੱਡੀ ਦਾ ਕਿਰਾਇਆ ਤੇਲ ਜੋ ਵੀ ਹੋਊ ਆਪਾਂ ਦਵਾਂਗੇ ਅੱਛਾ ਹਾਂ ਜੀ ਭਾਈ ਠੀਕ ਹੈ ਤੇ ਇਹਦਾ ਕੀ ਮੁੱਲ ਜੀ ਇਹਦਾ ਮੁੱਲ ਭਾਈ ਜਾਇਜ਼ ਹੈ ਭਾਈ ਮੁੱਲ ਤੇ ਤਾਂ 32,000 ਕਰਦੇ ਦੇਣੀ ਆ 30,000 ਦੀ ਭਾਈ ਅੱਛਾ 30,000 ਦੀ ਦੇ ਦੋਗੇ ਠੀਕ ਹੈ ਖੋਲੋ ਫਿਰ ਤੋਰੀਆ ਕਰੀਨਾ ਬਾਕੀ ਸੀਲ ਖਣੀ ਆ ਭਾਈ ਕੋਈ ਗੱਲ ਨਹੀਂ ਬਾਕੀ ਕੰਪੈਕਟ ਜਿਹਾ ਹਵਾਨਾ ਜਿਹੜਾ ਇਹਦਾ ਆਪਾਂ ਦੇਖ ਸਕਦੇ ਨਿੱਗਰ ਹਵਾਨੇ ਦੀ ਹੈ ਜਿਹੜੀ ठीक है फिर जी आज लाया जी हाँ जी बच्ची जी ठीक है फिर जी बंद है जी हवाना जरा चंगा ये कल कंपैक्ट जहा बाकी क्रॉस च थाने दे दूसरे पास दा वी करी लग रहे थाने दिखा दिए ना ना ठंड ना कोई गर्मी ना भाई हां जी फैट ते इहदे वी चंगी आउंदी नहीं ओदी भाई शाही आल दी 6 तो वध ही होनी भाई अच्छा 6 तो वध ही होंदी ओदी 6 तो वध ही होनी ठीक है ते जेड़ी हुण आपां दिखाई आ ते इहदे थण तों नोके सारे ओके भाई के भूर वी के माड़ी मोटी किते आए ते आपां लैण दे गारंटी दार भाई अच्छा जी ठीक है दोवां तिन्नां चों की खेती आए ने अच्छा जी ਉਹਨਾਂ ਤੀਸਰੇ ਨੰਬਰ ਵਾਲੀ ਵੀ ਦਿਖਾਈਏ ਭਾਈ ਪਹਿਲੇ ਆਂਦੀ ਹੈ ਇਹ ਵੀ ਲਿਆਂਦੀ ਹੈ ਇਹ ਗੱਬਰ ਹੈ ਹਨਾ ਗੱਬਰ ਭਾਈ ਇਹ ਕਿੰਨਾ ਸੁਬਾ ਸੋਣਾ ਜੀ ਭਾਈ ਦੂਜੇ ਸੁਬਾ ਸੋਣਾ ਹੈ ਦੂਸਰਾ ਸੁਬਾ ਸੋਣਾ ਕਿੰਨਾ ਕਿ ਟਾਈਮ ਸੋਣ ਚ ਖੜਦੀ ਜੀ ਸੋਣ ਭਾਈ 10 ਤਰੀਕ ਦਿਨ ਪੂਰੇ ਹੁੰਦੇ ਅੱਛਾ 10 ਤਰੀਕ ਨੂੰ ਦੇਣੇ ਦੇ ਪੂਰੇ ਹੋਣੇ ਆ ਤੇ ਜਿੱਦੀ ਰਾਜੀ ਮਹਿਲ ਇੱਕ ਦੋ ਦਿਨ ਉੱਥੇ ਖੜੂਗੀ ਅੱਛਾ ਹਾਂਜੀ ਮਤਲਬ ਅਜੇ 10-12 ਦਿਨ ਖੜਦੀ ਹੈ ਹਾਂਜੀ ਭਾਈ ਕਿਉਂਕਿ ਰਾਜੀ ਗਾਈ ਹੈ ਜੀ ਕੋਈ ਲਿਸੀ ਨਹੀਂਗੀ ਠੀਕ ਹੈ ਬਾਕੀ ਸੀਲ ਠੰਡੀ ਇੰਨੀ ਹੈ ਨਾ ਭਾਜੀ ਅੱਛਾ ਨਿਗੇ ਨਿਗੇ ਨਿਆਣੇ ਵੀ ਪਾਏ ਸਭ ਬਿਠ ਰਹੇ ਨਾ ਅੱਛਾ ਤਾਂ ਵੀ ਕੋ ਕਹਿਣਾ ਨਹੀਂ ਠੀਕ ਹੈ राजी चंगी है ना बाकी कद काठ भी चंगा ठीक है थाने लागे दिखा दी दस आई जी ठीक है जी खोलिए फिर भी नवे करी तौर के दिखा दी हाँ देख सकते ठीक है फिर जी बंद है जी ਬਾਕੀ ठीक है वीर जी बहुत बहुत धन्यवाद जी बाकी कोई वीर इत्थे आवे अपनी तसल्ली करे चवाई करे बाकी कोई वीर अपनी तसल्ली करके चवाई करके पास करके खड़े आ देख सकते जी बिलकुल ठंडी देरी है अजय साहीवाल जड़ियां अपन बड़ियां घट लभदियां बाकी अपनी समझ के हिसाब नाल वेख चख के खड़ो हाँ जी दोस्तों वीडियो ने पूरा देखने लिए बहुत बहुत धन्यवाद जी।